म्युनिसिपल एम्पलाइज एक्शन कमेटी पंजाब दे सत्ते ते जिथे पूरे पंजाब दे विच नगर कौंसल दे मुलाजमान ने अपने हकां दे लई हड़ताल कीती होई है। उथे नगर कौंसल खरड़ दे मुलाजमान ने भी म्युनिसिपल एम्पलाइज एक्शन कमेटी पंजाब दे सत्ते ते अपने हकां दे लई दो दिनी हड़ताल शुरू कर दिती है। खरड़ नगर कौंसल दे मुलाजमान ने हड़ताल दे दौरान नगर कौंसल दे मुलाजमान ने सरकार दे खिलाफ जम के नारेबाजी भी कीती। मंग जिहड़ी हैगी है ओ ए है ਇਹ ਠੇਕੇਦਾਰੀ ਜਿਹੜੀ ਪ੍ਰਥਾ ਇਹ ਖਤਮ ਕੀਤੀ ਜਾਵੇ, ਕਿਉਂ ਜਿਹੜਾ ਠੇਕੇਦਾਰੀ ਸਿਸਟਮ ਹੈ ਇਹ ਹੈ ਭ੍ਰਿਸ਼ਟਾਚਾਰ ਦੀ ਜੜ੍ਹ ਜੀ। ਅਸੀਂ ਪਿਛਲੇ ਕਈ ਸਾਲਾਂ ਤੋਂ ਲੜਾਈ ਲੜਦੇ ਆ ਰਹੇ ਹਾਂ ਵੀ ਇਹ ਠੇਕੇਦਾਰੀ ਸਿਸਟਮ ਨੂੰ ਖਤਮ ਕਰ ਦਿੱਤਾ ਜਾਵੇ। ਜੇ ਤੁਸੀਂ ਕੱਚੇ ਵੀ ਰੱਖਣੇ ਡੀਸੀ ਰੇਟ 'ਤੇ ਰੱਖਣੇ ਤਾਂ ਡਿਪਾਰਟਮੈਂਟ ਸਿੱਧਾ ਹੀ ਰੱਖ ਲਵੇ ਇਹ, ਪਰ ਵਿੱਚ ਜਿਹੜੇ ਤੁਸੀਂ ਏਜੰਟ ਪਾਏ, ਠੇਕੇਦਾਰ ਪਾਏ, ਸੁਸਾਇਟੀਆਂ ਪਾਏ, ਬੜੇ ਬੜੇ ਕਾਰਪੋਰੇਟ ਘਰਾਣੇ ਦੇ ਇਹ ਵਿੱਚ ਦਲਾਲ ਪਾਏ, ਇਹ ਨਾ ਪਾਏ ਜਾਣ। ਕਰਨ ਡੇਵਿਡ ਵਰਮਾ ਦੀ ਰਿਪੋਰਟ, ਚੈਨਲ 2।